ਚਲੋ ਜੀ ਰਿਕਸ਼ਾ ਜੱਟ ਪਹੁੰਚ ਗਿਆ ਪਹਿਲਵਾਨਾਂ ਦੇ ਸ਼ਹਿਰ ਗੁਜਰਾਂ ਵਾਲੇ ਚੰਨ ਵਾਲੇ ਕਿਲੇ ਤੇ ਪਹਿਲਵਾਨਾਂ ਵਾਲੇ ਚੌਕ ਤੋਂ ਅਸੀਂ ਆਪਣੇ ਸਫ਼ਰ ਦਾ ਆਗਾਜ਼ ਕਰਾਂਗੇ ਤੇ ਇੱਧਰੋਂ ਅੱਗੇ ਵਧਾਂਗੇ। ਦੇਖਦੇ ਹਾਂ ਕਿ ਯਹਾਂ ਤੇ ਹਮੇ ਕੌਣ ਸੀ ਸਵਾਰੀ ਮਿਲਤੀ ਹੈ। ਸਿਆਸੀ ਦੰਗਲ ਸੇ ਪਹਿਲੇ ਜੋ ਆਪਸ ਮੇਂ ਸਪੋਰਟਰ ਔਰ ਮੁਖਾਲਫੀਨ ਕਾ ਦੰਗਲ ਚੱਲ ਰਿਹਾ ਹੈ ਉਸਮੇਂ ਇਨਵਾਲਵ ਰਹੇਂਗੇ ਨਹੀਂ, ਔਰ ਦੁਆ ਕਰਤੇ ਹੈ ਕਿ ਹਮੇ ਪਹਿਲੀ ਸਵਾਰੀ ਹੀ ਪਹਿਲਵਾਨੋਂ ਕੇ ਸ਼ਹਿਰ ਮੇਂ ਪਹਿਲਵਾਨੋਂ ਕੀ ਮਿਲੇ। ਤੋ ਚਲਤੇ ਔਰ ਸਵਾਰੀ ਉਡਾਤੇ ਹੈ। ਹਾਂ ਜੀ ਕਿੱਧਰ ਜਾਓਗੇ? ਹਾਂ ਜੀ ਸ਼ੇਰ ਵਾਲੇ ਬਾਗ ਹੋ ਕਿੱਧਰ ਜਾਣਾ? ਚਲੋ ਜੀ ਚਲੋ। ਹਾਂ ਜੀ ਕਿਤੇ ਦੰਗਲ ਵੰਗਲ ਲੜਨ ਚੱਲੇ ਹੋ ਜਾਂ ਤਿਆਰੀ ਕਰਨ? ਤਿਆਰੀ ਹੁੰਦੀ ਵੀ ਸਿਆਸੀ ਦੰਗਲ ਦੀ। ਅੱਛਾ ਜੀ। ਹਾਂ ਜੀ ਤੁਸੀਂ ਵੀ ਸਿਆਸੀ ਦੰਗਲ 'ਚ ਹੈਗੇ ਹੋ? ਲੈ ਅਸੀਂ ਨਹੀਂ ਹੋਣਾ ਤੇ ਹੋਰ ਕੀ ਨਹੀਂ ਹੋਣਾ। ਤੋ ਪਹਿਲਵਾਨ ਜੀ ਇਹ ਬਤਾਏਗੇ ਕਿਆ ਗੁਜਰਾਂ ਵਾਲੋ ਮੈਂ ਪਹਿਲਵਾਨੋਂ ਕੀ ਕਿਆ ਪੋਜੀਸ਼ਨ ਹੈ? ਪਹਿਲਵਾਨ ਜਨਾਬ ਸਾਰੇ ਨੂਨ ਲੀਗ ਨੂੰ ਸਪੋਰਟ ਕਰ ਰਹੇ ਨੇ। ਅੱਛਾ ਜੀ ਬੱਲਾ ਬੱਲਾ ਪਹਿਲਵਾਨ ਸਾਰੇ ਬੱਲੇ ਨੂੰ ਸਪੋਰਟ ਕਰ ਰਹੇ ਨੇ। ਤੋ ਜਨਾਬ ਕਿੱਥੇ ਬੱਲਾ ਲੋਕਾਂ ਸਾਰਾ ਪਾਕਿਸਤਾਨ ਜਾਣਦਾ ਗੁਜਰਾਂ ਵਾਲਾ ਸ਼ੇਰਾਂ ਦਾ ਸ਼ਹਿਰ ਇੱਧਰ। ਅੱਛਾ ਚੁੱਪ ਘਰ ਹੈ ਸ਼ੇਰਾਂ ਦਾ ਸ਼ਹਿਰ ਸ਼ੇਰ ਨੇ ਅੱਡਾ ਕੀਤਾ ਸੀ। ਹਾਂ ਜੀ ਅੱਜ ਜਿਹੜੀ ਤੁਸੀਂ ਗੱਡੀਆਂ 'ਚ ਬੈਠ ਕੇ ਠੰਡੀਆਂ ਹਵਾਵਾਂ ਲੈਂਦੇ ਹੋ ਨਾ ਅਤੇ ਸੀਏ ਦੀਆਂ ਭਰਵਾਉਂਦੇ ਹੋ ਲੈਨੋ ਬਗੈਰ ਅਤੇ ਘਰਾਂ 'ਚ ਬਹਿੰਦੇ ਏ ਸੀ ਚਲਾਉਂਦੇ ਹੋ ਅਤੇ ਮੁੰਡਾ ਰੋਵੇ ਨਾ ਅਤੇ ਬਿਜਲੀ ਸਾਰੀ ਸ਼ੇਰ ਨਹੀਂ ਕੀਤੀ ਏ। ਉਹ ਬਿਜਲੀ ਨੂੰ ਛੱਡ ਕੇ ਕਾਰੋਬਾਰ ਸਪੋਰਟਸ ਹਰ ਚੀਜ਼ ਦੇਣੀ ਪੈਂਦੀ ਹੈ ਕਿ ਖੜਕਾ ਬਣਾ ਦਿੱਤੀਆਂ ਬਿਜਲੀ ਥੋੜ੍ਹੀ ਹੀ ਦੇਤੀ। ਅੱਛਾ ਚਲੋ 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 ਲੜੋ ਨਹੀਂ। ਪਹਿਲਵਾਨ ਜੀ ਅਬ ਆਪ ਬਤਾਏਗੇ ਗੁਜਰਾਂ ਵਾਲੇ ਮੈਂ ਨੂਨ ਲੀਗ ਨੇ ਕਿਆ ਕੰਮ ਕੀਆ ਕਿ ਨੂਨ ਲੀਗ ਦੁਬਾਰਾ ਜਿੱਤੇਗੀ? ਯਾਰ ਕੀ ਕਰੀ ਨੂਨ ਲੀਗ ਦਾ ਕੁਝ ਨਹੀਂ ਕੀਤਾ ਹੈ। ਉਹ ਨਾ ਕੀ ਯਾਰ ਕੀਤਾ ਕੀ ਗੱਲ ਕੀ ਕੀਤਾ? ਉਹ ਮੌਕਾ ਦੇ ਦਿਓ ਬੋਲਣ ਦਾ। ਅਰੇ ਹੁਣ ਕਿਉਂ ਬੋਲਨੇ ਦੋ ਯਾਰ। ਉਹ ਆ ਜੀ ਗੱਲ ਹੈ ਜੀ। ਹਾਂਜੀ ਲੋਹੀ ਜੱਟ ਸਾਹਿਬ ਗੁਜਰਾਂ ਵਾਲਾ ਕਦੀ ਏਸ਼ੀਆ ਦੇ ਗੰਦੇ ਸ਼ਹਿਰਾਂ 'ਚੋਂ ਸ਼ਹਿਰ ਸੀ। ਅੱਛਾ ਅੱਜ ਗੁਜਰਾਂ ਵਾਲਾ ਦੇ ਦੇਖੋ ਤੁਸੀਂ ਅੰਡਰਪਾਸ ਬਣੇ ਨੇ ਬਿਹਤਰੀਨ ਪੁੱਲ ਬਣੇ ਨੇ ਬਿਜਲੀ ਵਾਫਰ ਮਕਦਾਰ 'ਚ ਲੋਕਾਂ ਨੂੰ ਮਿਲ ਰਹੀ ਹੈ। ਬਿਜਲੀ ਕੀ ਬਾਪ ਭੁੱਖੀ ਮਰਨ ਦਈ ਹੈ। ਅੱਪਾ ਜੀ ਬਿਜਲੀ ਨਾ ਕੇ ਕਮਲ ਲੱਗੀ ਜਨਾ ਬਿਜਾ ਘੋੜਾ ਦੇ ਬਿਜਲੀ ਤੇ ਓ ਯਾਰ ਮੈਂ ਕਿਨੂੰ ਵਹਾਂਦਾ ਬਾਪ ਭੁੱਖੀ ਮਰਨ ਦਈ। ਹਾਂ ਜੀ ਹੁਣ ਜਿਹੜਾ ਮਨ ਲੈ ਨਾ ਉਹਨਾਂ ਦਾ ਕੀ ਕਰਨਾ ਜਿਹਨਾਂ ਦੇ ਕਾਰ ਟੁੱਟਣ ਨਹੀਂ ਪਕਦਾ। ਓ ਵੇਖੋ ਪਹਿਲਾਂ ਤੁਸੀਂ 18-18 ਘੰਟੇ ਲੋਡ ਸ਼ੇਡਿੰਗ 'ਚ ਬੈਠੇ ਰਹਿੰਦੇ ਹੋ ਐ ਛੱਪੜੇ ਜਾ ਕੇ ਬੈਠਾ ਰਹਿੰਦਾ ਹੈ ਆਪਣੀ ਬੁੱਢੀ ਦੇ ਨਾਲ। ਓਏ ਹੋਏ ਹੋਏ ਨਹੀਂ ਹੋਏ ਹੈ ਤੇ ਹੁਣ ਤੂੰ ਘਰ ਮਾਮਾ ਏਸੀ ਲਾ ਕੇ ਬੈਠਾ ਹੁੰਦਾ ਫਰਕ ਪਿਆ ਕਿ ਨਹੀਂ ਪਿਆ? ਤੇ ਬਿੱਲ ਏਸੀ ਲਾਈਏ ਤੇ ਬਿੱਲ 15,000 ਬਿੱਲ 15,000 ਬੰਦੇ ਦੀ ਤਨਖਾਹ ਕੋ ਨਹੀਂ ਹੈ ਗਰੀਬ ਬੰਦੇ ਦੀ। ਭਗਵਾਨ ਜੀ ਏਸੀ ਚਲਾਣਾ ਤੇ ਬਿੱਲ ਤੇ ਤਾਰ ਰਹੀ ਨਾ ਫਿਰ ਉਹ ਛੱਡ ਯਾਰ ਗੱਲਾਂ ਕਰਨਾ। ਭਗਵਾਨ ਜੀ ਇਹ ਗੁਜਰਾਂ ਵਾਲੇ ਮੈਂ ਜਗ੍ਹਾ ਜਗ੍ਹਾ ਕਚਰਾ ਵੀ ਨਜ਼ਰ ਆ ਰਿਹਾ ਹੈ ਸੜਕੇ ਬਣੀ ਵੀ ਹੋਈਆਂ ਸੜਕੇ ਟੁੱਟੀ ਵੀ ਹੋਈਆਂ ਜੀ ਇਹਨਾਂ ਦਾ ਸ਼ੇਰ ਹੈ ਨਾ ਉਹ ਖਾਈਏਗਾ। ਬੰਦਾ ਸਮਝਣ ਵਾਲਾ ਹੋਏ ਤੇ ਗੱਲ ਸਮਝੇ ਇਹਨਾਂ ਨੇ ਵਿੱਚ ਪਾਈ ਨਹੀਂ ਇਹਨਾਂ ਨੇ ਹਰ ਗੱਲ ਤੇ ਕਹਿਣਾ ਨਹੀਂ 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 ਪੁੱਛਿਆ ਕਿਉਂ ਨਹੀਂ ਕਰਦਾ ਹੈ ਸਹੀ ਕਹਿੰਦਾ ਨਾ ਕੱਟੋ ਕੱਟਿਆ ਗੱਲ ਸ਼ੁਰੂ ਹੋਈ ਹੈ ਪਨਾਮਾ ਤੋਂ ਗੱਲ ਸ਼ੁਰੂ ਹੋਈ ਹੈ ਪਨਾਮਾ ਤੋਂ ਜੇ ਪਨਾਮਾ ਹੈ ਜੀ ਜਨਾਬ ਇਹਨਾਂ ਦੇ ਜਨਾਬ ਜਿਹੜੇ ਨਜਾਇਜ਼ ਪੈਸੇ ਤੇ ਪਨਾਮਾ ਇੱਕ ਸਾਬਤ ਕੋ ਨਹੀਂ ਹੋ ਸਕਿਆ ਤੇ ਕੰਮ ਇਹਦੇ ਕੱਢਦਾ ਉਹ ਗੱਲ ਫਿਰ ਅੱਛਾ ਚਲੇ ਬਤਾਏਗੇ ਇੱਕ ਇੱਕ ਕਰਕੇ ਬਤਾ ਦੀਏਗਾ ਕਿਆ ਗੁਜਰਾਂ ਵਾਲਾ ਮੈਂ ਸਿਰਫ ਪੀ ਟੀ ਆਈ ਔਰ ਨੂਨ ਲੀਗ ਕੇ ਦਰਮਿਆਨ ਮੁਕਾਬਲਾ ਹੈ ਪੀਪਲ ਪਾਰਟੀ ਯਹਾਂ ਪੇ ਨਹੀਂ ਹੈ ਕਿਆ? ਨਹੀਂ ਪੀਪਲ ਪਾਰਟੀ ਦੀ ਟਿਕਟ ਕੋ ਨਹੀਂ ਲੈਂਦਾ ਪੀਪਲ ਪਾਰਟੀ ਟਿਕਟ ਲਏਗਾ ਉਹਨੂੰ ਦੋ ਵਾਜੀ ਮਸ਼ੀਨਾਂ ਅੱਛਾ ਜਾਂ ਘਰ ਦੇ 5 ਟਿਕਟ ਅੱਛਾ ਹੋਰ ਕੀ ਭਾਜੀ ਤਾਂ ਕੋਈ ਨਹੀਂ ਲੈਣਾ ਨੂਨ ਲੀਗ ਦੀ ਹਕੂਮਤ ਦੀ ਤਾਂ ਨੂਨ ਲੀਗ ਨੇ ਪਹਿਲਵਾਨੋਂ ਕੇ ਲਈ ਕਿਆ ਕਿਆ ਕੀਆ ਜਿਹੜਾ ਹੁਣ ਇਨਾਮ ਮੈਡਲ ਲੈ ਗਿਆ ਮਾਸ਼ਾਅੱਲਾ ਜਿਹੜੀਆਂ ਕੰਮ ਵੈਲਥ ਗੇਮਾਂ ਆਈਆਂ ਗੋਲਡ ਕੋਸਟ ਵਿੱਚ ਆਸਟ੍ਰੇਲੀਆ ਉਹਦੇ ਵਿੱਚ ਮਾਸ਼ਾਅੱਲਾ ਜੀ ਪਾਕਿਸਤਾਨ ਦਾ ਇਕੱਲਾ ਮੈਡਲ ਆਇਆ ਗੋਲਡ ਇੱਕ ਹੀ ਉਹ ਸਾਡੇ ਖਾੜੇ ਦਾ ਹੀ ਮਾਸ਼ਾਅੱਲਾ ਮੁੰਡਾ ਉਹਨੂੰ ਜਨਾਬ ਹਕੂਮਤ ਵੱਲੋਂ 50 ਲੱਖ ਰੁਪਈਆ ਇਨਾਮ ਦਿੱਤਾ ਗਿਆ ਅੱਛਾ ਗੋਲਡ ਮੈਡਲ ਦੇ ਅੱਛਾ ਸਾਰੀ ਗੱਲ ਹੈ ਨਾ ਗੋਲਡ ਲੈਣ ਦੀ ਇਨਾਮ ਦੇਣਾ ਨਾ ਤੇ ਘਰ ਬੈਠੇ ਨੂੰ ਅੱਗੇ ਦੇਣਾ ਅੱਗੇ ਉਸ ਤੋਂ ਬਾਅਦ ਕਿੰਨਾ ਵੱਡਾ ਹੀਰੋ ਹੋਇਆ ਹੈ ਪੂਰੇ ਪਾਕਿਸਤਾਨ ਦਾ ਬਾਹਰ ਬੰਦਾ ਜਿਹੜਾ ਮੈਡਲ ਹੋਇਆ ਉਹਨੇ ਘੁੰਮਣ ਨੇ ਐਲਾਨ ਕੀਤਾ 50 ਲੱਖ ਦਾ ਉਹਦੇ ਉਹਨਾਂ ਨੇ ਦੇਣਾ ਸੀ ਹੋਰ ਦੁਨੀਆ ਨੇ ਜਾਂ ਬਾਮ ਨੇ ਉਹਨੂੰ ਕੀ ਦਿੱਤਾ ਕੁਛ ਵੀ ਨਹੀਂ ਦਿੱਤਾ ਭਾਜੀ ਬਾਮ ਨੇ ਦਿੱਤਾ ਦਿੱਤਾ ਸ਼ਾਸਨ ਵਾਇਆ ਨਾਮ 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 ਬਾਦੂ ਕਿੱਥੇ ਗਿਆ ਨਾਮ ਦੇਖੋ ਸਿਆਸੀ ਇਤਲਾਫ ਆਪਣੀ ਜਗ੍ਹਾ ਤੇ ਉਂਝ ਅਸੀਂ ਬਣਾ ਵਾਂ ਇਹਦੇ ਲਈ ਆਪਾਂ ਤਾਂ ਜ਼ੋਰ ਕਰਦੇ ਰਹਿਣਾ। ਅੱਛਾ ਤੁਸੀਂ ਦੱਸਿਆ ਨਹੀਂ ਹੈਗਾ ਨਵਾਜ਼ ਸ਼ਰੀਫ ਜਿੱਤ ਜਾਏਗਾ ਇੱਧਰੋਂ ਨੂਨ ਲੀਗ ਅਤੇ ਤੁਸੀਂ ਕੀ ਕਰੋਗੇ ਖੁਸ਼ੀ 'ਚ? ਨਾ ਸਟੇਸ਼ਨ ਹੋਏਗਾ ਇੱਥੇ ਪੂਰਾ ਰਜਾਈਆਂ ਵੰਡਾਂਗੇ। ਅੱਛਾ
ਉਸੇ ਦਿਨ ਜਾ ਕੇ 5 ਮਨ ਮਠਿਆਈ ਦਾ ਆਰਡਰ ਦਾਂਗੇ। ਅੱਛਾ, ਤੇ ਪੀਟੀਆਈ ਵਾਲੇ ਭਰਾਵਾਂ ਨੂੰ ਖਵਾਓਗੇ ਮਠਿਆਈ? ਮੈਂ ਕਹਿੰਦਾ ਸਾਡੇ, ਮੈਂ ਉਹੀ ਤਾਂ ਕਹਿੰਦਾ ਸਿਆਸੀ ਇਤਲਾਹ ਆਪਣੀ ਜਗ੍ਹਾ, ਹੁਣ ਜੇ ਸਾਡਾ ਭਰਾ ਆਏ। ਅੱਛਾ, ਇਹਦੇ ਲਈ ਜਾਨ ਵੀ ਆਦਰ ਅਸੀਂ ਇਨਸ਼ਾਅੱਲਾ 5 ਮਨ ਮਠਿਆਈ ਦਾ ਆਰਡਰ, ਇਹਨਾਂ ਨੇ ਕੀ ਦੇਣਾ ਹੈ? 5 ਮਨ? ਹਾਂਜੀ, ਪੂਰਾ ਗੁਜਰਾਣਾ ਖਾਏਗਾ ਢੋਲ। ਹਾਂਜੀ, 5 ਕਿਲੋ ਕਿੰਨੇ ਹੁੰਦੇ ਨੇ ਇਹਨਾਂ ਪਤਾ ਜੇ? ਸਾਰਾ ਪਤਾ ਹੈ, ਇਹ ਤੂੰ चले जी, हम पहुंच गए पहलवानों की मंजिल पे और यहाँ पे कचरा जो है वो बता रहा है कि गुज़िश्ता हुकूमत ने यहाँ पे क्या काम किए। ये दोनों पहलवान रक्षे में भी लड़ रहे हैं, दंगल में भी लड़ रहे हैं और सियासी दंगल में भी जो है वो एक दूसरे के खिलाफ हैं, ऐसे ही जैसे अखाड़े में एक दूसरे के खिलाफ होते हैं ग्रुप दोनों ने उठाए हुए। देखना ये है कि 25 जुलाई को कौन से पहलवान का लीडर जीतेगा और कौन से पहलवान के लीडर को घर जाना पड़ेगा। दोनों पहलवान अड़े हुए हैं कि उनकी पार्टी जीतेगी। आगे बढ़ेंगे, अगली जानिब नई सवारी देखेंगे नई मंजिल पे और उनसे जाने के वो क्या कहते हैं पहलवानों के शहर में कौन जीतेगा और कौन हारेगा।